ਉਧਰ ਹਰਾਏ ਨਹੀਂ ਜਿੱਦ ਤੋਂ ਨਾ ਯਾਰੇ ਕਹਿ ਮੈਂ ਸ਼ਗਨ ਹੁੰਦਾ ਸ਼ਗਨ ਹੁੰਦਾ ਵਿਆਹ ਤੋਂ ਬਾਅਦ ਜਾਂਦਾ ਤੇ ਇਹ ਦੁੱਧ ਕੀ ਬਣੂਗਾ ਸਾਡੇ ਨਾਲ ਆ ਟੂਰਨਾਮੈਂਟ ਦੇਖਣ ਚੱਲੇ ਆ ਪਿੰਡ ਬੱਗੇ ਪਿੰਡ ਬੱਗੇ ਆਏ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਾਣੀ ਵੀ ਹੈ ਕੱਚ ਦੇ ਗਲਾਸ ਕਿੰਨਾ ਸਾਲ ਲੈ ਕੇ ਆਏ ਵੱਡਾ ਧੰਨਵਾਦ ਹੈ ਹਾਏ ਰੱਖੀ ਹੋਈ ਬੜਾ ਪਾ ਛੜਿਆ ਸ਼ਲਗਮ ਚ ਤੇ ਉਹ ਮੈਨੂੰ ਤੇ ਲੈ ਆ ਓਏ ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਵਾ ਆ ਮੋਰ ਦੇ ਬੱਚੇ ਆ ਜੜੀ ਉਹਨਾਂ ਨੇ ਬਚਪਨ ਕੱਢਿਆ ਸਾਰਾ ਆਪਣਾ ਹਾਏ 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 ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਵਿਆਹ ਦੇ ਵਲੋਗ ਸਾਰੇ ਮੁੱਕ ਗਏ ਆ ਤੁਸੀਂ ਦੇਖੇ ਆ ਬਹੁਤ ਵਧੀਆ ਪਿਆਰ ਦਿੱਤਾ ਸਾਰਿਆਂ ਨੇ ਤੇ ਹੁਣ ਅੱਜ ਆਪਾਂ ਆਏ ਹਾਂ ਤਰੀਕ ਹੋ ਗਈ ਅੱਜ 13 ਅਤੇ ਅੱਜ ਹੁਣ ਆਪਾਂ ਆਏ ਹਾਂ ਕਿੱਥੇ ਆਏ ਆਪਾਂ ਪਹਿਲਾਂ ਦੱਸੋ ਪਿੰਡ ਬੱਗੇ ਆਏ ਆ ਆਪਾਂ ਆਪਣੀ ਪਹਿਲਾਂ ਭੂਆ ਕੋ ਅਤੇ ਆਪਾਂ ਹੁਣ ਦਾਦਕੇ ਪਹਿਲਾਂ ਜਾਣਾ ਆ ਫਿਰ ਨਾਨਕੇ ਵੀ ਜਾਣਾ ਆ ਇਹ ਕਿਉਂ ਜਾਈਦਾ ਵਿਆਹ ਤੋਂ ਬਾਅਦ ਜਾਈਦਾ ਵਾ ਕਿਉਂ ਜਾਈਦਾ ਵਾ ਦੱਸੋ ਇਹ ਸ਼ਗਨ ਹੁੰਦਾ ਵਾ ਸ਼ਗਨ ਹੁੰਦਾ ਵਿਆਹ ਤੋਂ ਬਾਅਦ ਜਾਣ ਦਾ ਅਤੇ ਇਹ ਹੁਣ ਅਸੀਂ ਆਏ ਹਾਂ ਪਹਿਲਾਂ ਪਹੁੰਚ ਗਏ ਹਾਂ ਸ਼ੁਰੂਆਤ ਤਾਂ ਪਹਿਲਾਂ ਮੈਂ ਕਰ ਨਹੀਂ ਪਾਇਆ ਵਲੋਗ ਦੀ ਅਤੇ ਹੁਣ ਉਤਰੇ ਆਪਾਂ ਜਲਦੀ ਜਲਦੀ 'ਚ ਅਤੇ ਹੁਣ ਮੈਂ ਕਿਹਾ ਚਲੋ ਪਹਿਲਾਂ ਇੰਟਰੋ ਕਰ ਲਈਏ ਹੁਣ ਆਪਾਂ ਤੁਹਾਨੂੰ ਸਾਰਾ ਆਪਣਾ ਦਾਦਕਾ ਦਿਖਾਉਣਾ ਵਾ ਪਿੰਡ ਦਾ ਤੁਸੀਂ ਪਿਛਲੇ ਵਲੋਗ 'ਚ ਦੇਖਿਆ ਹੀ ਹੋਣਾ ਸਾਰੇ ਦਾਦਕੇ ਮੈਂ ਮਿਲਾਏ ਸੀਗੇ ਚਾਚਾ ਜੀ ਨੂੰ ਮਿਲਾਇਆ ਸੀ ਭੂਆ ਨੂੰ ਫੁੱਫੜ ਨੂੰ ਦਾਦਾ ਜੀ ਨੂੰ ਅਤੇ ਹੁਣ ਤੁਹਾਨੂੰ ਅੱਜ ਆਪਾਂ ਨਾਨਕੇ ਵੀ ਘੁਮਾਉਣੇ ਆ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਕਲਿੱਪ 'ਚ ਸਮੋਸੇ ਦੀ ਸ਼ੁਰੂਆਤ ਹੋ ਚੁੱਕੀ ਆ ਉਹ ਕਰਿਆ ਚੱਲ ਬਸ ਉਧਰ ਵੀ ਖਾਤੇ ਜਾ ਰਹੇ ਨੇ ਹਾਂਜੀ ਤੇ ਬਾਬੇ ਉਹ ਫਿਰ ਭੂਆ ਘਰ ਆਪਾਂ ਚਾਹ ਪਾਣੀ ਪੀਣਾ ਆ ਇਹ ਮੇਰੀ ਭੂਆ ਦਾ ਮੁੰਡਾ ਦਮਨ ਸਿੰਘ ਦਮਨਪ੍ਰੀਤ ਸਿੰਘ ਤੇ ਹੁਣ ਆਪਾਂ ਚੱਲੇ ਹਾਂ ਮੈਚ ਦੇਖਣ ਤੇ ਮੈਚ ਕਾਹਦਾ ਲੱਗਾ ਬੜਾ ਫੁੱਟਬਾਲ ਦਾ ਹਾਂ ਫੁੱਟਬਾਲ ਦਾ ਮੈਂ ਬਹੁਤ ਸ਼ੌਕੀਨ ਹਾਂ ਤਾਂ ਕਰਕੇ ਹੁਣ ਆਪਾਂ ਟੂਰਨਾਮੈਂਟ ਦੇਖਣ ਚੱਲੇ ਹਾਂ ਘਰ ਦੇ ਚੱਲੇ ਪਿੱਛੋਂ ਗੱਡੀ 'ਚ ਨਾਲ ਭੂਆ ਜੀ ਵੀ ਚੱਲੇ ਫੁੱਫੜ ਜੀ ਵੀ ਚੱਲੇ ਆ ਮੈਂ ਕਿਹਾ ਤੁਸੀਂ ਚਲੋ ਅਤੇ ਆਪਾਂ ਦੇਖ ਕੇ ਆਉਂਦੇ ਹਾਂ ਮੈਚ ਮਾੜਾ ਜਿਹਾ ਫਿਰ ਆਪਾਂ ਉੱਧਰੋਂ ਉੱਧਰੋਂ ਆਪਾਂ ਪਿੰਡ ਚੱਲ ਜਾਣਾ ਵਾ ਅਤੇ ਬਸ ਆਪਾਂ ਤੁਹਾਨੂੰ ਜਾ ਕੇ ਹੁਣ ਮੈਚ ਦੀ ਵੀ ਕਲਿੱਪ ਦਿਖਾਉਂਦੇ ਹਾਂ ਅਤੇ ਬਾਕੀ ਠੀਕ ਠਾਕ ਆ ਵਧੀਆ ਵਧੀਆ ਬੰਦ ਨਾ ਮੋਟਰ ਮੈਨੂੰ ਕਹਿੰਦਾ ਤੁਸੀਂ ਚਲਾਉਂਗੇ ਮੈਂ ਚਲਾਵਾਂ ਮੈਂ ਕਿਹਾ ਜੇ ਤੂੰ ਚਲਾ ਲੈਂਦਾ ਵਾ ਤੈਨੂੰ ਚਲਾ ਮੈਂ ਆਰਾਮ ਨਾਲ ਪਿੱਛੇ ਬਹਿੰਦਾ ਵਾ ਅਤੇ ਹੁਣ ਚਲਾ ਲਈਏ ਇੰਨਾ ਤੇਜ਼ ਨਾ ਚਲਾਈਏ ਕੀ ਆ ਬਾਬੇ ਤੁਹਾਨੂੰ ਆਪਾਂ ਅੱਗੇ ਅੱਗੇ ਮਿਲਦੇ ਹਾਂ ਦਿਖਾਉਂਦੇ ਹਾਂ ਨਾਲੇ ਮੋਟਰ ਕੀ ਹੁੰਦਾ ਵਾ ਆਪਾਂ ਮਿਲਦੇ ਹਾਂ ਅਗਲੀ ਕਲਿੱਪ ਬਹੁਤ ਸਾਹਮਣੇ ਕਹਿੰਦੇ ਗੋਲਡਨ ਚਾਰਸ ਬਣ ਗਿਆ ਹੈ ਉਧਰ ਲਾਲਪੁਰ ਵਾਲਾ ਕਹਿੰਦੇ ਮੰਗੀ ਟਰਾਈ ਕਰਦਾ ਹੈ ਇੱਕ ਪਾਸੇ ਕਹਿੰਦੇ ਕਾਲਾ ਕਾਲੇ ਕੇ ਵਾਲਾ ਕਹਿੰਦੇ ਚੋਟੀ ਦਾ ਖਿਡਾਰੀ ਹੈ ਹਰ ਸੋਹਣੀ ਜਰਸੀ ਨੰਬਰ 17 ਜਰਸੀ ਨੰਬਰ 17 ਕਮੈਂਟਰੀ ਐਂਡ ਹੁੰਦੀ ਯਾਰ ਕਮੈਂਟਰੀ ਬੜੀ ਆਟਮ ਕਰਾਉਂਦਾ ਬਾਹਰੋਂ ਆਇਆ ਹੈ ਬਾਹਰੋਂ ਆਇਆ ਕਮੈਂਟਰੀ ਕਰਨ ਸਿੱਧੀ ਲੋ ਜੀ ਅਸੀਂ ਆ ਗਏ ਹਾਂ ਮੈਚ ਵੇਖਣ ਅਤੇ ਮੈਨੂੰ ਬੜਾ ਸ਼ੌਕ ਆ ਪਿੰਡਾਂ ਦੇ ਸਪੈਸ਼ਲ ਟੂਰਨਾਮੈਂਟ ਖੇਡਣ ਦਾ ਖੇਡਣ ਦੇ ਮੈਂ ਖੇਡੇ ਤਾਂ ਬੜੇ ਆ ਮੈਂ ਖੇਡੇ ਵੀ ਬੜੇ ਆ ਅਤੇ ਮੈਂ ਵੇਖੇ ਵੀ ਬੜੇ ਆ ਹੁਣ ਤਾਂ ਚਲੋ ਨਹੀਂ ਇੰਨਾ ਟਾਈਮ ਮਿਲਦਾ ਖੇਡਣ ਦਾ ਪਹਿਲਾਂ ਬੜੇ ਖੇਡੇ ਆ ਅਤੇ ਹੁਣ ਅਸੀਂ ਨਿਕਲਣ ਡੇ ਸੀ ਅਤੇ ਮੈਨੂੰ ਰਾਹ 'ਚ ਖੇਤਾਂ 'ਚ ਮਤਲਬ ਟੂਰਨਾਮੈਂਟ ਲੱਭਿਆ ਮੈਨੂੰ ਅਤੇ ਮੈਂ ਨਾਲ ਹੀ ਭੂਆ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਆਪਾਂ ਵੇਖਣਾ ਆ ਜੋ ਮਰਜ਼ੀ ਹੋ ਜਾਵੇ ਭਾਵੇਂ ਥੋੜ੍ਹਾ ਜਿਹਾ ਲੇਟ ਹੋ ਜਾਈਏ ਪਰ ਦੇਖਣਾ ਜ਼ਰੂਰ ਆ ਅਤੇ ਹੁਣ ਅਸੀਂ ਮਤਲਬ ਮਜ਼ਾ ਆ ਰਿਹਾ ਮਾਹੌਲ ਵਧੀਆ ਯਾਰ ਟੀਮ ਤੇ ਮੈਨੂੰ ਪਤਾ ਨਹੀਂ ਵੈਸੇ ਕਿਹੜੀ ਕਿਹੜੀ ਆ ਕਿਹੜੀ ਆਹ ਕਿਹੜੀ ਕਿਹੜੀ ਟੀਮ ਆ ਭਾਜੀ
ਸਾਰੇ ਪਰਬਤ ਕਬੀਰਾਂ ਦਾ ਧੰਨਵਾਦ ਕਰਦੇ ਹਾਂ। ਉਧਰ ਕਹਿੰਦੇ ਸ਼ਹੀਦ ਕੁਲਦੀਪ ਸਿੰਘ ਜੀ ਉਹਨਾਂ ਦੀ ਭਾਈ ਮਜ਼ਾ ਆਇਆ ਮਤਲਬ ਅਗਲੇ ਸਟੋਪ ਤੇ, ਕਿਉਂਕਿ ਆਪਾਂ ਹੋਰ ਵੀ ਕਾਫੀ ਜਗ੍ਹਾ ਤੇ ਜਾਣਾ ਵਾ, ਇੱਕ ਜਗ੍ਹਾ ਤੇ ਨਹੀਂ ਜਾਣਾ ਆਪਾਂ, ਤੇ ਉਹ ਮੈਨੂੰ ਤੇ ਲੈ ਆ ਲੈ ਬਾਹਰੋਂ ਬਾਹਰੋਂ। ਅਤੇ ਹੁਣ ਮੈਂ ਕਿਹਾ ਚਲੋ ਦੇਰ ਤਾਂ ਬੜਾ ਹੀ ਰੁਕਣ ਦਾ, ਪਰ ਟਾਈਮ ਨਹੀਂ ਹੈਗਾ ਇੰਨਾ, ਕਿਉਂਕਿ ਘਰਦਿਆਂ ਨੇ ਆਹੀ ਕਿਹਾ ਸੀ ਕਿ ਬਸ 5 ਮਿੰਟ ਦੇ ਕੇ, ਅਤੇ ਹੁਣ ਅਸੀਂ ਮੋਟਰਸਾਈਕਲ 'ਤੇ ਚੱਲੇ ਹਾਂ ਪਿੰਡ, ਮੈਂ ਅਤੇ ਮੇਰਾ ਭਰਾ, ਅਤੇ ਹੁਣ ਅਸੀਂ ਜਾ ਕੇ ਉੱਥੇ ਫਿਰ ਆਪਾਂ ਦਾਤ ਕੇ ਤੁਹਾਨੂੰ ਆਪਾਂ ਦਿਖਾਉਂਦੇ ਹਾਂ, ਮਤਲਬ ਦਾਤ ਕੇ ਨੂੰ ਤੁਸੀਂ ਮਿਲ ਲਿਆ ਵਾ, ਹੁਣ ਆਪਾਂ ਤੁਹਾਨੂੰ ਘਰ ਦਿਖਾਉਣਾ ਵਾ ਆਪਣਾ ਜਿਹੜਾ ਪਿੰਡ ਦਾ ਘਰ ਆ ਨਾ, ਜਿੱਥੇ ਡੈਡੀ ਹੁਣੀ ਰਹਿੰਦੇ ਸੀ ਬਚਪਨ 'ਚ, ਸਾਰਿਆਂ ਨੇ ਬਚਪਨ ਸਾਰੇ ਭਰਾ ਰਹਿੰਦੇ ਹੁੰਦੇ ਸੀ, ਇਹਦੀ ਮੰਮੀ ਮੇਰੀ ਭੂਆ ਜਿੱਥੇ ਰਹਿੰਦੇ ਹੁੰਦੇ ਸੀ, ਉਹ ਆਪਾਂ ਤੁਹਾਨੂੰ ਅੱਜ ਘਰ ਮਿਲਦੇ ਹਾਂ ਤੁਹਾਨੂੰ ਪਿੰਡ ਜਾ। ਇੱਥੋਂ ਦਾਦਕਾ ਹੋ ਜਾਂਦਾ ਮੇਰਾ ਸ਼ੁਰੂ, ਤੇਰਾ ਨਾਨਕਾ ਵਾ ਬ੍ਰੋ, ਮੇਰਾ ਤੇ ਦਾਦਕਾ ਵਾ ਨਾ। ਆਹ ਸਾਡਾ ਗੁਰਦੁਆਰਾ, ਇੱਥੇ ਮੇਲਾ ਬਹੁਤ ਵੱਡਾ ਹੁੰਦਾ ਆ, ਆਪਾਂ ਲਾ ਦਈਏ ਇੱਥੋਂ ਸ਼ੁਰੂ ਹੋ ਜਾਂਦਾ ਵਾ ਆਹ ਸਾਰਾ, ਇੱਧਰੋਂ ਆਪਾਂ ਲਵਾਉਣਾ। ਓਏ ਭਰਾਵਾ ਕਿੱਥੇ ਵੇਚਣਾ ਮਾਰਦੀ ਇਹਨਾਂ ਦੇ ਵਿਚਾਰੀਆਂ ਦੇ, ਬੱਲੇ ਪਾਪਾ ਪਾਪਾ ਕਿੱਦਾਂ। ਉਹ ਜੀ ਇੱਥੋਂ ਸ਼ੁਰੂ ਹੋ ਜਾਂਦਾ ਸਾਡਾ, ਉਹ ਗੱਡੀ ਲੱਗੀ ਜਿੱਥੇ ਆਪਾਂ ਆਏ ਹਾਂ, ਇੱਧਰ ਨੂੰ ਇਹ ਸਾਡਾ ਮਤਲਬ ਇੱਥੇ ਸ਼ੁਰੂ, ਆਹ ਜੀ ਸਾਡਾ ਘਰ, ਆਹ ਸਾਡਾ ਘਰ, ਖੋਲੋ ਜੀ ਬੂਹਾ ਬੂਹਾ ਬੂਹਾ। ਚਲੋ ਜੀ ਇਹ ਆਪਾਂ ਆ ਗਏ ਹਾਂ, ਹੁਣ ਤੁਹਾਨੂੰ ਆਪਾਂ ਦਿਖਾਉਂਦੇ ਹਾਂ। ਤੂੰ ਇੱਥੇ ਲਾਵਾਂ, ਇੱਥੇ ਲਾ ਲੱਗਾ ਵਾ, ਲਾਇਆ ਆਹ ਜੀ ਦੇਖ ਲਓ ਮਾਹੌਲ ਪੂਰਾ ਇੱਕ ਨੰਬਰ 'ਚ ਵਧੀਆ ਹੋਇਆ, ਮਿਲਦੇ ਹਾਂ ਅੰਦਰ ਜਾ ਕੇ। ਤੁਸੀਂ ਇਹਨੂੰ ਦੇਖਿਆ ਹੀ ਹੋਣਾ, ਇਹ ਮੇਰੇ ਚਾਚਾ ਜੀ ਦਾ ਮੁੰਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਹੋਰ ਕਿੱਦਾਂ ਸਾਰੇ ਠੀਕ ਆ ਤੂੰ? ਹਾਂਜੀ ਸਾਰੇ ਠੀਕ ਠਾਕ, ਤੁਸੀਂ ਸੁਣਾਓ? ਬਸ ਠੀਕ ਆ। ਅਤੇ ਇਹ ਮਤਲਬ ਹੈਗਾ, ਜਦੋਂ ਮੈਂ ਆਪਣੇ ਯੂਟਿਊਬ ਦੀ ਸ਼ੁਰੂਆਤ ਕੀਤੀ ਨਾ, ਆਪਣੇ ਵਲੋਗਾਂ ਦੀ ਸ਼ੁਰੂਆਤ ਕੀਤੀ, ਅਤੇ ਮੇਰੇ ਅਤੇ ਮੇਰੇ ਪਹਿਲੇ ਵਲੋਗ 'ਚ ਇਹ ਆਇਆ। ਹਾਂਜੀ। ਅਤੇ ਇਹ ਮੇਰੇ ਪਹਿਲੇ ਵਲੋਗ 'ਚ ਸਟਾਰਟਿੰਗ ਮਤਲਬ ਇਹਨੇ ਕੀਤੀ ਸੀਗੀ, ਅਤੇ ਬਾਅਦ 'ਚ ਇਹ ਨਹੀਂ ਆਇਆ, ਅਤੇ ਕਹਿੰਦਾ ਸੀ ਮੈਂ ਆਊਂਗਾ ਬਾਅਦ 'ਚ, ਪਰ ਇੱਕ ਆਇਆ ਨਹੀਂ ਗਿਆ, ਅਤੇ ਟਾਈਮ ਨਹੀਂ ਲੱਗਾ, ਇਹਦਾ ਵੀ ਨਹੀਂ ਲੱਗਦਾ। ਹੁਣ ਆਪਾਂ ਮੈਂ ਅੱਜ ਆਇਆ ਪਿਆ ਵਾਂ, ਅਤੇ ਇਹ ਇਹਨਾਂ ਦਾ ਘਰ ਉੱਧਰ ਹੈਗਾ ਵਾ, ਅਤੇ ਉਹ ਵੀ ਆਪਾਂ ਜਾਵਾਂਗੇ ਕਿਸੇ ਦਿਨ, ਹੁਣ ਤਾਂ ਆਪਾਂ ਲੇਟ ਹੋਏ ਪਏ ਹਾਂ, ਅਤੇ ਬਾਕੀ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਮਿਲਾ ਦਈਏ। ਅਤੇ ਹੁਣ ਕਦੋਂ ਆਏਗਾ ਸਾਡੇ ਕੋਲ? ਆ ਜਾਵਾਂਗੇ 10-15 ਦਿਨ ਤੱਕ ਆਊਗਾ। ਹੁਣ ਦੇਖੋ ਇਹਨੇ ਆਉਣਾ ਕਿ ਨਹੀਂ ਆਉਣਾ, ਪਰ ਜਦੋਂ ਆਊਗਾ ਫਿਰ ਆਪਾਂ ਇਹਨੂੰ ਜਲੰਧਰ ਘੁੰਮਾਉਣਾ ਵਾ, ਨਾਲੇ ਇਹਨੂੰ ਦਿਖਾਉਣਾ ਮਾਲਾ ਟਾਊਨ ਦਿਖਾਉਣਾ ਵਾ, ਫਿਰ ਸਟਾਰਬਕਸ ਤੱਕ ਫਿਰ ਗਿਆ ਤੂੰ? ਸਾਡੇ ਨਹੀਂ, ਸਟਾਰਬਕਸ ਨਹੀਂ। ਅੱਜ ਮੈਂ ਤੇਰੀ ਸਟੋਰੀ ਵੇਖਣ ਆਇਆ, ਤੂੰ ਪਾਈ ਸੀ ਸਟਾਰਬਕਸ ਦੀ ਇੱਦਾਂ ਕਰਨ ਕਰਕੇ, ਉਹ ਤਾਂ ਪਿਛਲੀ ਪਾਈ ਸੀ, ਪਿਛਲੀ ਪਾਈ ਆ, ਅਤੇ ਇਹਨੂੰ ਉੱਥੇ ਵੀ ਲੱਗ ਜਾਵਾਂਗੇ, ਉੱਥੇ ਤੱਕ ਅਸੀਂ ਨਹੀਂ ਗਏ ਸਟਾਰਬਕਸ, ਇਹਦੇ ਬਹਾਨੇ ਚੱਲ ਜਾਂਗੇ ਭਰਾਵਾ, ਇਹ ਤਾਂ ਕਦੀ ਗਏ ਨਹੀਂ। ਪਹਿਲਾਂ ਗਏ ਸੀ ਇਸ ਤੋਂ 20-25 ਦਿਨ ਪਹਿਲਾਂ ਗਏ ਸੀ। ਤੂੰ ਜਾਇਆ ਵਾ? ਮੈਂ ਨਹੀਂ ਕਦੀ ਗਿਆ ਸੱਚੀ, ਅਸੀਂ ਆਪਣੇ ਇੱਥੇ ਅੰਮ੍ਰਿਤਸਰ ਵੀ ਹੋਏ ਅਤੇ ਉੱਥੇ ਵੀ ਹੋਏ। ਨਹੀਂ ਅਸੀਂ ਜਾਣਾ ਵਾ ਜਲੰਧਰ ਵਾਲੇ ਜਾਵਾਂਗੇ, ਅਤੇ ਇਹਨੂੰ ਜਦੋਂ ਇਹ ਆਏਗਾ ਇਹਦੇ ਬਹਾਨੇ ਜਾਵਾਂਗੇ ਕਿ ਹਾਂ ਯਾਰ ਹੁਣ ਭਰਾ ਆ, ਇਹਨੂੰ ਘੁੰਮਾਉਣ ਦੇ ਬਹਾਨੇ ਲੈ ਕੇ ਜਾਣਾ ਪੈਣਾ। ਜ਼ਰੂਰ ਜੀ ਜ਼ਰੂਰ, ਤੁਹਾਡੇ ਨਾਲ ਜਲੰਧਰ ਵੀ ਘੁੰਮਾਂਗੇ। ਜਲੰਧਰ ਵੀ ਘੁੰਮਣਾ ਫਿਰ ਅਸੀਂ, ਅਤੇ ਮੈਂ ਕਿਹਾ ਚਲੋ ਕੋਈ ਆਈ ਦੇਣਾ ਫਿਰ ਇਹਦੇ ਬਹਾਨੇ। ਉਦੋਂ ਆਪਾਂ ਕਿੱਥੇ ਗਏ? ਹਾਂ ਤਲਨ ਸਾਹਿਬ ਗਏ ਸੀ ਉਦੋਂ, ਅਤੇ ਉਦੋਂ ਬੜਾ ਮੀਂਹ ਪੈਂਦਾ, ਇਹਦੇ ਮੀਂਹ 'ਚ ਅਸੀਂ ਗਏ ਸੀ, ਬਾਰਿਸ਼ ਦੇ ਵਿੱਚ। ਹਾਂ
ਤੇ ਬਾਅਦ ਚ ਅਸੀਂ ਰਾਤੀ ਗਏ ਸੀਗੇ ਐਮਬੀਡੀ ਮਾਲ, ਜਿੱਥੇ ਤੁਸੀਂ ਉਹ ਸਾਰਾ ਕਲਿੱਪਾਂ ਦੇਖੀਆਂ ਜਦੋਂ ਮੈਂ ਐਡ ਕੀਤੀਆਂ ਸੀ, ਉਹ ਆਪਾਂ ਐਮਬੀਡੀ ਮਾਲ ਗਏ ਸੀਗੇ ਤੇ ਉਦੋਂ ਹੀ ਫਸਟ ਵਲੌਗ ਦੀ ਸਟਾਰਟਿੰਗ ਉੱਥੇ ਹੀ ਹੋਈ ਸੀ ਫਸਟ ਵਲੌਗ ਦੀ, ਬਾਅਦ ਚ ਆਪਣੀ ਵਲੌਗਿੰਗ ਵਧੀਆ ਵਾਲੀ ਜਿਹੜੀ ਸ਼ੁਰੂ ਹੋਈ ਤੇ ਹੁਣ ਆਪਾਂ ਤੁਹਾਨੂੰ ਆਪਾਂ ਘਰ ਦਿਖਾਉਂਦੇ ਜਿਹੜਾ ਦਾਦਕੇ ਦਾ ਵਾ। ਆ ਜਾਓ ਜੀ ਕਰਨ ਜੀ, ਇਹ ਹੈ ਸਾਡੇ ਡੈਡੀ ਦਾ ਘਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇਹ ਸਾਡਾ ਘਰ ਜਿੱਥੇ ਮਤਲਬ ਡੈਡੀ ਹੋਰਾਂ ਨੇ ਬਚਪਨ ਕੱਢਿਆ ਸਾਰਾ ਆਪਣਾ। ਇੰਨਾ ਵੀ ਨਹੀਂ ਜਾਣਾ ਆਪਾਂ, ਇਹ ਸਾਰਾ ਆਪਣਾ ਘਰ। ਹਾਂ, ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਵਾ। ਹੁਣ ਤਾਂ ਕਾਫੀ ਡਿਵੈਲਪ ਹੋ ਗਿਆ ਵਾ, ਅੰਦਰ ਹਨੇਰਾ ਹੋਣ ਡਿਆ ਹੋਣਾ ਨਾ। ਲਾਈਟ ਹੈਗੀ ਅੰਦਰ? ਇਹ ਮੈਨੂੰ ਤਾਂ ਨਹੀਂ ਪਤਾ, ਜੇ ਤੈਨੂੰ ਪਤਾ ਤਾਂ ਤੂੰ ਮੈਨੂੰ ਦੱਸ ਕਿੱਧਰ ਲਾਈਟ ਇੱਥੇ। ਮਤਲਬ ਤੈਨੂੰ ਪਤਾ ਵਾ ਕੌਣ ਕੌਣ ਰਹਿੰਦਾ ਹੁੰਦਾ ਸੀ? ਇਹ ਪੇਟੀਆਂ ਬੂਟੀਆਂ ਸਾਰੀਆਂ ਪਈਆਂ ਵਾ, ਬਾਕੀ ਮੈਨੂੰ ਇੰਨਾ ਹਜੇ ਪਤਾ ਨਹੀਂ ਕਿ ਇੱਧਰ ਪਾਪਾ ਹੁੰਦੇ ਰਹਿੰਦੇ ਹੁੰਦੇ ਸੀ ਜਾਂ ਉੱਧਰ ਰਹਿੰਦੇ ਹੁੰਦੇ ਸੀ ਜਾਂ ਇੱਧਰ ਰਹਿੰਦੇ ਹੁੰਦੇ ਸੀ। ਹਾਂ, ਉਹ ਜਗ੍ਹਾ ਵੇਚਤੀ ਹੈ ਜਿੱਥੇ ਪਿੱਛੇ ਘਰ ਰਹਿੰਦੇ ਹੁੰਦੇ ਸੀ। ਤੇ ਉਹ ਸ਼ਾਇਦ ਚਾਚੇ ਦੀ ਫੋਟੋ ਨਾ। ਉਹ ਆਏ ਹਾਂ, ਹੁਣ ਆਪਾਂ ਚੱਲੇ ਹਾਂ ਮੇਰੀ ਭੈਣ ਘਰ, ਜਿਹੜੇ ਮੇਰੇ ਸਭ ਤੋਂ ਵੱਡੇ ਮਾਮਾ ਜੀ ਦੀ ਕੁੜੀ ਆ, ਉਹ ਸਾਡੇ ਦਾਦਕੇ ਪਿੰਡ ਮੇਰੇ ਇੱਥੇ ਵਿਆਹੀ ਆ। ਉਹ ਉਹਨਾਂ ਦਾ ਕਰੇਟਾ ਖੜੀ, ਉਹ ਤੋਂ ਪਿੱਛੇ ਜਿਹੜੀ ਕੋਠੀ ਸੀਮਿੰਟ ਵਾਲੀ, ਉਹ ਉਹਨਾਂ ਦਾ ਘਰ ਆ। ਹੁਣ ਆਪਾਂ ਉੱਥੇ ਚੱਲੇ ਹਾਂ ਅਤੇ ਉਹਨਾਂ ਨੂੰ ਵੀ ਮਿਲ ਕੇ ਫਿਰ ਆਪਾਂ ਜਾਣਾ ਆਪਣੇ ਨਾਨਕੇ, ਫਿਰ ਆਪਾਂ ਨਾਨਕੇ ਦਾ ਤੁਹਾਨੂੰ ਮਾਹੌਲ ਚੱਲ ਦਿਖਾਉਂਦੇ ਹਾਂ। ਆ ਜਾਓ, ਆਪਾਂ ਘਰ ਆ ਚੁੱਕੇ ਹਾਂ। ਮੈਨੂੰ ਦੀਦੀ ਕਹਿੰਦੀ ਅਸੀਂ ਤੇਰੇ ਵਲੌਗ ਬਹੁਤ ਵਧੀਆ ਹੁੰਦੇ, ਉਹ ਚਲਾ ਕੇ ਦੇਖਦੇ ਹਾਂ। ਮੈਂ ਕਿਹਾ ਵਾਹ ਯਾਰ, ਗੁਰਦੇ ਦੇਖਿਓ। ਅਤੇ ਮੇਰਾ ਭਰਾ ਛੋਟਾ ਇੱਕ ਤਾਂ ਵੱਡਾ ਕਾਲਜ ਗਿਆ ਹੋਣਾ, ਜਿਹੜਾ ਛੋਟਾ ਸਕੂਲੇ ਗਿਆ ਵਾ ਸੰਦੀਪ, ਉਹ ਨਹੀਂ ਹੈਗਾ ਇੱਥੇ। ਅਤੇ ਉਹ ਮੈਨੂੰ ਕਹਿੰਦਾ ਵਿਆਹ ਦੇ, ਮੈਨੂੰ ਕਹਿਣ ਡਿਆ ਸੀ ਵੀ ਇਹਦੇ ਵਲੌਗ ਬਣਾਓ, ਮੇਰੀ ਵੀ ਵਲੌਗ ਬਣਾਓ। ਉਸ ਦਿਨ ਮੈਂ ਨਹੀਂ ਬਣਾ ਪਾਇਆ, ਅੱਜ ਉਹ ਹੈ ਨਹੀਂ, ਉਹਦਾ ਵੀ ਬਣਾਉਣਾ ਸੀ ਆਪਾਂ। ਅਤੇ ਉਹ ਦੀਦੀ ਕਹਿੰਦੇ ਗਿਆ ਹੋਇਆ ਸਕੂਲੇ, ਅਤੇ ਚਲੋ ਕੋਈ ਨਹੀਂ, ਅਗਲੀ ਵਾਰੀ ਸਹੀ ਉਹਦਾ ਵਲੌਗ ਆਪਾਂ ਅਗਲੀ ਵੀ ਬਣਾਵਾਂਗੇ। ਬਾਕੀ ਹੁਣ ਆਪਾਂ ਬਹਿ ਕੇ ਚਾਹ ਪਾਣੀ ਪੀ ਲੱਗੇ। ਸੰਦੀਪ ਮਿਸ ਯੂ ਬ੍ਰੋ। ਅਤੇ ਅੰਮ੍ਰਿਤ ਕਿੱਥੇ ਗਿਆ ਵਾ? ਉਹ ਵੀ ਕਾਲਜ ਗਿਆ ਹੋਣਾ, ਦੀਦੀ ਨੇ ਰੋਟੀ ਖਵਾਉਣ ਲੱਗੇ ਆ ਯਾਰ, ਕਿਉਂ ਹੋਈ ਬੜਾ ਪਾ ਛੱਡਿਆ ਸ਼ਲਗਮ 'ਚ ਤੇ। ਅਤੇ ਮੰਮੀ ਡੈਡੀ ਗਏ ਆ ਉੱਧਰ, ਕੀ ਕਹਿੰਦੇ ਆ, ਇੱਕ ਮਿੰਟ ਰੱਖੋ ਡਿੱਗ ਨਾ ਜਾਵੇ, ਡਿੱਗੂ ਤਾਂ ਨਹੀਂ। ਮੰਮੀ ਡੈਡੀ ਗਏ ਆ ਉੱਧਰ ਚਾਚਾ ਉੱਧਰ ਆਪਣੇ ਘਰ ਚਾਚਾ ਜੀ ਹੋਣਾ ਵੱਲ, ਦਾਦਾ ਜੀ ਵੱਲ, ਉੱਥੇ ਵੀ ਰੋਟੀ ਬਣੀ ਸੀਗੀ ਅਤੇ ਕਹਿੰਦੇ ਹੁਣ ਇਹਨਾਂ ਨੇ ਵੀ ਬਣਾਈ ਸੀ। ਫਿਰ ਅਸੀਂ ਮੈਂ ਅਤੇ ਅਨੂ ਮੇਰੀ ਭੈਣ ਅਸੀਂ ਇੱਥੋਂ ਖਾਣ ਲੱਗੇ ਹਾਂ ਅਤੇ ਮੰਮੀ ਡੈਡੀ ਉੱਧਰ ਚਲੇ ਗਏ। ਮੈਂ ਕਿਹਾ ਹੁਣ ਇੱਦਾਂ ਵਾਰੀ ਵਾਰੀ ਕਰਨਾ ਪੈਣਾ ਕੁਛ ਨਾ ਕੁਛ। ਫਿਰ ਅਸੀਂ ਇੱਥੋਂ ਖਾ ਕੇ ਬਾਅਦ 'ਚ ਅਸੀਂ ਨਿਕਲਣਾ ਵਾ ਆਪਣੇ ਨਾਨਕੇ। ਫਿਰ ਤੁਹਾਨੂੰ ਨਾਨਕੇ ਆਪਾਂ ਦਿਖਾਉਣੇ ਕਿ ਜਿੱਥੇ ਮੰਮੀ ਦਾ ਮਤਲਬ ਰਹਿੰਦੇ ਹੁੰਦੇ ਸੀ ਬਚਪਨ ਤੋਂ ਲੈ ਕੇ। ਹੁਣ ਤੁਹਾਨੂੰ ਉਹ ਘਰ ਦਿਖਾਇਆ ਨਾ ਜਿੱਥੇ ਡੈਡੀ ਰਹਿੰਦੇ ਸੀ ਬਚਪਨ 'ਚ, ਹੁਣ ਤੁਹਾਨੂੰ ਮੰਮੀ ਦਿਖਾਉਣੀ ਕਿ ਜਿੱਥੇ ਮੰਮੀ ਰਹਿੰਦੇ ਹੁੰਦੇ ਸੀ ਬਚਪਨ 'ਚ। ਇਹ ਮੰਮੀ ਦਾ ਸਭ ਤੋਂ ਵੱਡਾ ਭਰਾ ਮੇਰਾ ਮਾਮਾ, ਉਹਨਾਂ ਦੀ ਕੁੜੀ ਦਾ ਇਹ ਘਰ ਆ, ਉਹ ਇੱਥੇ ਵਿਆਹੇ ਆ। ਅਤੇ ਵਧੀਆ ਮਾਹੌਲ ਆ ਮਤਲਬ ਪਿੰਡ ਦਾ ਦੇਖ ਲਓ ਤੁਸੀਂ ਸਾਰਾ। ਅਤੇ ਹੁਣ ਬਸ ਆਪਾਂ ਰੋਟੀ ਖਾ ਕੇ ਅਤੇ ਆਪਾਂ ਨਿਕਲਣ ਲੱਗੇ ਫਟਾਫਟ, ਟਾਈਮ ਕਾਫੀ ਹੋ ਗਿਆ ਵਾ ਅਤੇ ਆਪਾਂ ਹੁਣ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ। ਬਾਏ ਬਾਏ। ਪਾਣੀ ਵੀ ਹੈ ਕੱਚ ਦੇ ਗਲਾਸ, ਕਿੰਨਾ ਸੋਹਣਾ ਲੱਗਣ ਡਿਆ ਪਾਣੀ ਵੀ ਇਹ 'ਚ ਪਾਇਆ। ਅਸੀਂ ਤਾਂ ਸਟੀਲ ਦੇ ਗਲਾਸਾਂ 'ਚ ਪੀ ਲਈਦਾ ਹੁੰਦਾ ਵਾ। ਸਾਡੀ ਦੀਦੀ ਆਏ, ਦੀਦੀ ਸ਼ਰਮਾ ਗਏ ਆ, ਕੀ ਹੋਇਆ ਵਾ? ਉੱਦਾਂ ਤੁਸੀਂ ਐਲ ਸੀ ਡੀ 'ਚ ਵਲੌਗ ਦੇਖਦੇ, ਹੁਣ ਤੁਸੀਂ ਆਹ ਵਲੌਗ ਐਲ ਸੀ ਡੀ 'ਚ ਲਾ ਕੇ ਦੇਖਿਓ। ਠੀਕ ਆ, ਹੁਣ ਆਪਾਂ ਰੋਟੀ ਖਾ ਲਈਏ ਫਟਾਫਟ ਅਤੇ ਫਿਰ ਆਪਾਂ ਅਗਲੀ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਹੁੰਦਾ ਕੀ ਨਹੀਂ। ਉੱਧਰ
ਇਹ ਸਾਡਾ ਨਾਨਕਾ ਪਿੰਡ, ਇੱਥੇ ਰਹਿੰਦੇ ਹੁੰਦੇ ਸੀ ਮੰਮੀ ਬਚਪਨ 'ਚ ਸਾਰੇ ਮਾਮੇ। ਇਹ ਮੇਰਾ ਭਰਾ ਮਾਮਾ ਜੀ ਭਾਬੀ ਬਣਨ ਦਿਆ ਬਣਨ ਡਿਆ ਵਾ ਆਇਆ ਇੱਥੇ। ਮਾਮੀ ਮਾਮੀ ਜੀ ਚੱਪਲ ਤੇ ਪਾ ਲਓ ਐਸਮੀਤ ਆ ਗਈ ਵਲੋਗ 'ਚ ਆ ਗਈ ਐਸਮੀਤ। ਹੈਲੋ ਮਾਮੀ ਜੀ, ਇੱਕ ਹੱਥ ਲੋ ਇੱਕ ਹੱਥ ਦੋ ਨਹੀਂ ਬਾਕੀ ਚਾਰ ਅੰਦਰ ਰੱਖੇ ਮੈਂ ਲਿਫਾਫੇ। ਹਾਂ ਹਾਂ ਉਹਨਾਂ ਦਾ ਨਹੀਂ ਨਹੀਂ ਉਹ ਨੀ ਉਹ ਨਹੀਂ ਨਹੀਂ ਚਾਚੇ ਦਾ ਨਾਨੇ ਦਾ ਇਹ ਹੁਣ ਹੁਣ ਜ਼ਿਆਦਾ ਵਧੀਆ ਹੋ ਗਿਆ ਵਾ। ਚਲੋ ਠੀਕ ਆ ਫਿਰ ਬਾਏ ਬਾਏ ਹੈਂ। ਨਹੀਂ ਨਹੀਂ ਦੇ ਦੋ ਨਹੀਂ ਰਹਿਣ ਦੋ ਰਹਿਣ ਦੋ ਦੇ ਦੋ ਦੇ ਦੋ ਦੇ ਦੋ ਕਾਕੇ ਦੇ ਵੀ ਦੇ ਦੀ ਉਹ ਦੂਜੇ ਦੇ ਵੀ ਦੇ ਦੋ ਕਾਕੇ ਦੇ ਵੀ ਦੇ ਦੀ ਆਏ 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 ਬਹੁਤ ਵਧੀਆ ਬਹੁਤ ਵਧੀਆ ਕਿੰਨੇ ਮੋਰ ਹੀ ਬੱਚੇ ਆ ਪ੍ਰੋਗਰਾਮ ਹੋ ਗਿਆ ਪੂਰਾ ਸਵੇਰ ਦਾ ਆ ਮੋਰ ਦੇ ਬੱਚੇ ਆ ਤੇਲ ਹੰਦੀ ਜੋ ਵੀ ਕਹਿੰਦੇ ਆ ਹਾਂ ਸਰ ਕੁੱਕੜ ਆ ਉਹ ਕੁੱਕੜ ਆ ਜੰਗਲੀ ਲੱਗਦੇ ਆ ਦੇਸੀ ਮੁਰਗੇ ਆ ਯਾਰ ਕਹੇ ਮੈਂ ਤਾਂ ਜੈ ਨਹੀਂ ਆ ਕਿੱਥੇ ਹੀ ਉੱਤੇ ਤੇ ਲੈ ਕਿਸੇ ਵਿੱਚ ਦੀ ਆਪਾਂ ਆ ਚੁੱਕੇ ਹਾਂ ਘਰੇ ਅਤੇ ਇਹ ਸਾਡੇ ਭਾਅ ਜੀ ਮਿੰਟੂ ਭਾਅ ਜੀ ਅਤੇ ਇਹਨਾਂ ਦੀ ਟੈਕਸੀ ਆ ਆਪਣੀ ਅਤੇ ਜੇ ਕਿਸੇ ਨੇ ਵੀ ਕਿਤੇ ਵੀ ਕੁਝ ਵੀ ਕਿਤੇ ਵੀ ਜਾਣਾ ਹੋਊਗਾ ਭਾਅ ਜੀ ਕਿੱਥੇ ਕਿੱਥੇ ਸਰਵਿਸ ਚੱਲਦੀ ਆਪਣੀ ਦੱਸੋ। ਆਲ ਇੰਡੀਆ ਆਲ ਇੰਡੀਆ ਦੀ ਸਰਵਿਸ ਚੱਲਦੀ ਆ ਅਤੇ ਤੁਹਾਨੂੰ ਸਕਰੀਨ 'ਤੇ ਨੰਬਰ ਸ਼ੋ ਹੋਣ ਡਿਆ ਹੋਣਾ ਭਾਅ ਜੀ ਦਾ ਥੱਲੇ ਅਤੇ ਤੁਸੀਂ ਜਦੋਂ ਇਹ ਸਕਰੀਨਸ਼ੋਟ ਮਾਰ ਲਓ ਜਿੰਨਾ ਜਿੰਨਾਂ ਨੇ ਵੀ ਕਿਤੇ ਵੀ ਜਾਣਾ ਹੋਊਗਾ ਭਾਅ ਜੀ ਨੂੰ ਫੋਨ ਕਰਨਾ ਸਾਰਿਆਂ ਨੇ ਠੀਕ ਆ ਨਾ ਅਤੇ ਭਾਵੇਂ ਮੇਰਾ ਨਾਲ ਲੈ ਦਿਓ ਪਾਪਾ ਦਾ ਕਹਿ ਦਿਓ ਥੋੜ੍ਹਾ ਬਹੁਤਾ ਭਾਅ ਜੀ ਨੇ ਮਾਨ ਤਾਨ ਕਰ ਲੈਣਾ ਆਪਣਾ। ਬਾਕੀ ਠੀਕ ਆ ਇੱਦਾਂ ਹੀ ਵਲੋਗ ਦੇਖਦੇ ਰਹੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਅਤੇ ਤੁਹਾਨੂੰ ਆਪਾਂ ਜਲਦੀ ਮਿਲਾਂਗੇ ਅਗਲੇ ਨਵੇਂ ਵਲੋਗ 'ਚ। ਬਾਏ ਬਾਏ।